हाँ जी भैन, सत श्री अकाल जी सारिआं नूं। होर की हाल चाल है तुहाडा? ते अज आपां बनावांगे जी रोटी सैंडविच। हुण हरेक मावां नूं ऐं हुंदा है ना वी आपणे बच्चे सब्जी रोटी खाण, ते बच्चे बाहरला खाणा ही भजदे ने जी। ते आपां घर विच ही टेस्टी जी रोटी बच्चे नूं सैंडविच बना के दे सकदे हां। ਉਹਦੇ ਵਿੱਚ ਜੋ ਜੋ ਬਣਾਵਾਂਗੇ ਜਿਵੇਂ ਜਿਵੇਂ, ਉਹ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਣਾ ਅਤੇ ਆਪਣੇ ਬੱਚਿਆਂ ਨੂੰ ਬਣਾ ਕੇ ਦੇਣੀ ਹੈ ਜੀ। ਜਿਵੇਂ ਆਪਾਂ ਨੇ ਆਲੂ ਉਬਾਲ ਲੈਣੇ ਨੇ, ਵਿੱਚ ਧਨੀਆ ਪਿਆਜ਼ ਸਾਰਾ ਕੁਛ ਪਾ ਲੈਣਾ ਹੈ ਨਾ ਜੀ। ਜੋ ਵੀ ਕੋਈ ਵੀ ਸਬਜ਼ੀ ਨਾ ਤੁਸੀਂ ਹਲਕਾ ਜਿਹਾ ਤਵੇ 'ਤੇ ਫਰਾਈ ਕਰਕੇ ਆਲੂਆਂ ਦੇ ਵਿੱਚ ਪਾ ਸਕਦੇ ਹੋ, ਕੋਈ ਵੀ ਜਿਵੇਂ ਸ਼ਿਮਲਾ ਮਿਰਚ ਜਾਂ ਕੋਈ ਵੀ ਹੋਰ ਸਬਜ਼ੀ। ਅਤੇ ਐਵੇਂ ਕਰਕੇ ਆਪਣੇ ਬੱਚਿਆਂ ਨੂੰ ਜੀ ਸਬਜ਼ੀ ਰੋਟੀ ਵੀ ਖਾਣ ਨੂੰ ਮਿਲੂਗੀ, ਅਤੇ ਅਲੱਗ ਤਰੀਕੇ ਨਾਲ ਬੱਚੇ ਨਾ ਇੱਕ ਤਰ੍ਹਾਂ ਦਾ ਖਾ ਕੇ ਵੀ ਅੱਕ ਜੇ ਜਾਂਦੇ ਨੇ, ਨਾਲੇ ਆਪਾਂ ਨੂੰ ਕੁਛ ਸਿੱਖਣ ਅਤੇ ਬਣਾਉਣ ਨੂੰ ਮਿਲੂਗਾ ਜੀ, ਨਾਲੇ ਬੱਚਿਆਂ ਨੂੰ ਅਲੱਗ ਤੋਂ ਟੇਸਟ ਕਰਨ ਨੂੰ। ਚਲੋ ਠੀਕ ਹੈ ਜੀ, ਆਪਾਂ ਵੀਡੀਓ ਸਟਾਰਟ ਕਰਦੇ ਹਾਂ। ਵੀਡੀਓ ਨੂੰ ਐਂਡ ਤੱਕ ਦੇਖਣਾ ਹੈ ਅਤੇ ਆਪਾਂ ਅਗਲੀ ਵੀਡੀਓ 'ਚ ਫਿਰ ਮਿਲਦੇ ਹਾਂ। ਸਾਰੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਚੀ ਹੋਈ ਰੋਟੀ ਨਾਲ ਬਹੁਤ ਹੀ ਟੇਸਟੀ ਸੈਂਡਵਿਚ। ਇਹ ਸੈਂਡਵਿਚ ਤੁਸੀਂ ਬਚੀ ਹੋਈ ਰੋਟੀ ਜਾਂ ਤਾਜ਼ੀ ਰੋਟੀ ਜਾਂ ਫਿਰ ਪਰੌਂਠੇ ਨਾਲ ਬਣਾ ਸਕਦੇ ਹੋ। ਇਹ ਸੈਂਡਵਿਚ ਖਾਣ ਵਿੱਚ ਬਹੁਤ ਸਵਾਦ ਲੱਗਦੇ ਨੇ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ। ਤੁਸੀਂ ਇਹ ਸੈਂਡਵਿਚ ਬੱਚਿਆਂ ਨੂੰ ਟਿਫਨ ਵਿੱਚ ਦੇ ਸਕਦੇ ਹੋ ਜਾਂ ਫਿਰ ਬ੍ਰੇਕਫਾਸਟ ਵਿੱਚ ਜਾਂ ਫਿਰ ਈਵਨਿੰਗ ਟਾਈਮ ਵਿੱਚ ਬਣਾ ਕੇ ਦੇ ਸਕਦੇ ਹੋ। ਇਹ ਸੈਂਡਵਿਚ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ। ਰੋਟੀ ਸੈਂਡਵਿਚ ਬਣਾਉਣ ਲਈ 4 ਆਲੂਆਂ ਨੂੰ ਮੈਂ ਬੋਇਲ ਕਰ ਲਿਆ। ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਆਲੂ ਬੋਇਲ ਕਰ ਸਕਦੇ ਹੋ। ਹੁਣ ਇਹਨਾਂ ਆਲੂਆਂ ਨੂੰ ਮੈਂ ਕੱਦੂਕਸ ਕਰੂੰਗੀ। ਤੁਸੀਂ ਹੱਥਾਂ ਨਾਲ ਵੀ ਮੈਸ਼ ਕਰ ਸਕਦੇ ਹੋ। ਕੱਦੂਕਸ ਕਰਨ ਨਾਲ ਆਲੂਆਂ ਦੇ ਵਿੱਚ ਕੋਈ ਵੀ ਮੋਟਾ ਟੁਕੜਾ ਨਹੀਂ ਰਹੇਗਾ। ਆਲੂਆਂ ਨੂੰ ਮੈਂ ਕੱਦੂਕਸ ਕਰ ਲਿਆ। ਹੁਣ ਤੁਸੀਂ ਇਹਨਾਂ ਆਲੂਆਂ ਵਿੱਚ ਕੋਈ ਵੀ ਆਪਣੀ ਮਨਪਸੰਦ ਸਬਜ਼ੀਆਂ ਪਾ ਸਕਦੇ ਹੋ। ਮੈਂ ਇਸ ਵਿੱਚ ਪਾਉਂਗੀ ਇੱਕ ਬਰੀਕ ਕੱਟਿਆ ਹੋਇਆ ਟਮਾਟਰ, ਇੱਕ ਵੱਡਾ ਚਮਚ ਮੈਂ ਇਸ ਵਿੱਚ ਪਾਉਂਗੀ ਫਰੈਸ਼ ਧਨੀਆ, 2 ਹਰੀਆਂ ਮਿਰਚਾਂ ਪਾਉਂਗੀ ਜਿਨ੍ਹਾਂ ਨੂੰ ਮੈਂ ਬਰੀਕ ਕੱਟ ਲਿਆ। ਤੁਸੀਂ ਮਿਰਚ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ। ਸਵਾਦ ਅਨੁਸਾਰ ਨਮਕ ਪਾਉਂਗੀ, ਅੱਧਾ ਚਮਚ ਲਾਲ ਕਸ਼ਮੀਰੀ ਮਿਰਚ ਪਾਉਂਗੀ, 1/4 ਚਮਚ ਕਾਲੀ ਮਿਰਚ ਪਾਉਂਗੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੂੰਗੀ। ਤੁਸੀਂ ਇਸ ਵਿੱਚ ਬਰੀਕ ਕੱਟੀ ਹੋਈ ਸ਼ਿਮਲਾ ਮਿਰਚ ਵੀ ਪਾ ਸਕਦੇ ਹੋ। ਆਪਣੀ ਮਜ਼ੇਦਾਰ ਚਟਪਟੀ ਸਟਫਿੰਗ ਬਣ ਕੇ ਰੈਡੀ ਹੋ ਚੁੱਕੀ ਹੈ। ਇਸ ਨੂੰ ਮੈਂ ਇੱਕ ਤਰਫ ਰੱਖ ਦੂੰਗੀ। ਹੁਣ ਮੈਂ ਲਊਂਗੀ ਪਿਆਜ਼। ਪਿਆਜ਼ ਨੂੰ ਮੈਂ ਲੰਬਾ ਲੰਬਾ ਥੋੜ੍ਹਾ ਜਿਹਾ ਬਰੀਕ ਬਰੀਕ ਕੱਟ ਲੈਣਾ। ਪਿਆਜ਼ ਨੂੰ ਮੈਂ ਲੰਬਾ ਲੰਬਾ ਕੱਟ ਲਿਆ। ਹੁਣ ਸਾਰੇ ਪਿਆਜ਼ ਨੂੰ ਮੈਂ ਖੋਲ੍ਹ ਲੈਣਾ, ਚੰਗੀ ਤਰ੍ਹਾਂ ਅਲੱਗ ਅਲੱਗ ਕਰ ਲੈਣਾ ਪਿਆਜ਼ ਨੂੰ। ਪਿਆਜ਼ ਦਾ ਮੈਂ ਇੱਕ ਚਿੱਟਾ ਜਿਹਾ ਸਲਾਦ ਰੈਡੀ ਕਰੂੰਗੀ। ਇਸ ਵਿੱਚ ਪਾਉਂਗੀ ਥੋੜ੍ਹਾ ਜਿਹਾ ਫਰੈਸ਼ ਧਨੀਆ, 1/2 ਚਮਚ ਇਸ ਵਿੱਚ ਪਾਉਂਗੀ ਚਾਟ ਮਸਾਲਾ, ਤੁਸੀਂ ਆਮਚੂਰ ਪਾਊਡਰ ਵੀ ਪਾ ਸਕਦੇ ਹੋ, 1/4 ਚਮਚ ਇਸ ਵਿੱਚ ਕਾਲਾ ਨਮਕ ਪਾਉਂਗੀ, 1/4 ਚਮਚ ਇਸ ਵਿੱਚ ਲਾਲ ਮਿਰਚ ਪਾਉਂਗੀ। ਚੰਗੀ ਤਰ੍ਹਾਂ ਹੱਥਾਂ ਨਾਲ ਮਿਕਸ ਕਰੂੰਗੀ। ਪਿਆਜ਼ ਦਾ ਚਟਪਟਾ ਜਿਹਾ ਸਲਾਦ ਆਪਣਾ ਰੈਡੀ ਹੋ ਚੁੱਕਿਆ। ਆਪਣੀ ਆਲੂ ਦੀ ਸਟਫਿੰਗ ਵੀ ਰੈਡੀ ਹੋ ਚੁੱਕੀ ਹੈ ਅਤੇ ਪਿਆਜ਼ ਦਾ ਸੈਲਡ ਵੀ ਰੈਡੀ ਹੋ ਚੁੱਕਿਆ। ਹੁਣ ਮੈਂ ਰੋਟੀ ਦੇ ਸੈਂਡਵਿਚ ਰੈਡੀ ਕਰੂੰਗੀ। ਇਸ ਦੇ ਲਈ ਮੈਂ ਲਊਂਗੀ ਇੱਕ ਰੋਟੀ। ਤੁਸੀਂ ਤਾਜ਼ੀ ਰੋਟੀ ਵੀ ਬਣਾ ਸਕਦੇ ਹੋ, ਪਹਿਲਾਂ ਦੀ ਬਚੀ ਹੋਈ ਰੋਟੀ ਵੀ ਲੈ ਸਕਦੇ ਹੋ। ਇਸ ਰੋਟੀ ਦੇ ਉੱਪਰ ਮੈਂ ਲਗਾਉਂਗੀ 1 ਚਮਚ ਟੋਮੈਟੋ ਸੌਸ। ਸੌਸ ਨੂੰ ਸਾਰੀ ਰੋਟੀ ਦੇ ਉੱਪਰ ਮੈਂ ਚੰਗੀ ਤਰ੍ਹਾਂ ਲਗਾ ਲੈਣਾ। 1 ਵੱਡਾ ਚਮਚ ਮੈਂ ਹੁਣ ਆਲੂ ਦੀ ਸਟਫਿੰਗ ਦਾ ਲਊਂਗੀ। ਇਸ ਸਟਫਿੰਗ ਨੂੰ ਅੱਧੀ ਰੋਟੀ ਦੇ ਉੱਪਰ ਚੰਗੀ ਤਰ੍ਹਾਂ ਸੈੱਟ ਕਰ ਲੈਣਾ। ਹੱਥਾਂ ਦੇ ਨਾਲ ਚੰਗੀ ਤਰ੍ਹਾਂ ਪ੍ਰੈਸ ਕਰੂੰਗੀ। ਅੱਧੀ ਰੋਟੀ ਦੇ ਉੱਪਰ ਮੈਂ ਚੰਗੀ ਤਰ੍ਹਾਂ ਆਲੂ ਦੀ ਸਟਫਿੰਗ ਨੂੰ ਸੈੱਟ ਕਰਤਾ। ਹੁਣ ਇਸ ਦੇ ਉੱਪਰ ਮੈਂ ਲਗਾਉਂਗੀ ਪਿਆਜ਼ ਦਾ ਸੈਲਡ, ਜੋ ਆਪਾਂ ਚਿੱਟਾ ਜਿਹਾ ਸੈਲਡ ਰੈਡੀ ਕੀਤਾ। ਪਿਆਜ਼ ਦਾ ਸੈਲਡ ਲਗਾ ਕੇ ਹੁਣ ਉੱਪਰੋਂ ਰੋਟੀ ਨੂੰ ਮੈਂ ਫੋਲਡ ਕਰੂੰਗੀ। ਫੋਲਡ ਕਰਕੇ ਉੱਪਰੋਂ ਚੰਗੀ ਤਰ੍ਹਾਂ ਪ੍ਰੈਸ ਕਰੂੰਗੀ ਤਾਂ ਕਿ ਸਟਫਿੰਗ ਨਾਲ ਰੋਟੀ ਚੰਗੀ ਤਰ੍ਹਾਂ ਚਿਪਕ ਜਾਵੇ। ਇਸ ਤਰ੍ਹਾਂ ਆਪਣਾ ਇੱਕ ਸੈਂਡਵਿਚ ਬਣ ਕੇ ਰੈਡੀ ਹੋ ਗਿਆ। ਹੁਣ ਮੈਂ ਦੂਜਾ ਸੈਂਡਵਿਚ ਰੈਡੀ ਕਰਨ ਲਈ ਦੂਜੀ ਰੋਟੀ ਲਊਂਗੀ। ਇਸ ਰੋਟੀ ਉੱਪਰ ਲਗਾਉਂਗੀ ਮੈਂ 1 ਚਮਚ ਪਿੱਜ਼ਾ ਸੌਸ। ਤੁਸੀਂ ਕੋਈ ਵੀ ਸੌਸ ਲਗਾ ਸਕਦੇ ਹੋ, ਰੈਡ ਚਿਲੀ ਸੌਸ, ਗ੍ਰੀਨ ਚਿਲੀ ਸੌਸ ਜਾਂ ਸ਼ੈਜ਼ਵਾਨ ਚਟਨੀ ਲਗਾ ਸਕਦੇ ਹੋ।
ਤੁਸੀਂ ਕੋਈ ਵੀ ਆਪਣੀ ਮਨਪਸੰਦ ਸੌਸ ਲਗਾ ਸਕਦੇ ਹੋ। ਹੁਣ ਇਸ ਦੇ ਉੱਪਰ ਲਗਾਉਂਗੀ ਮੈਂ ਪਿੱਜ਼ਾ ਚੀਜ਼। ਤੁਸੀਂ ਪ੍ਰੋਸੈਸ ਚੀਜ਼ ਵੀ ਕੱਦੂਕਸ ਕਰਕੇ ਲਗਾ ਸਕਦੇ ਹੋ, ਤੁਸੀਂ ਬਰੀਕ ਵੀ ਕੱਟ ਕੇ ਪਨੀਰ ਵੀ ਲਗਾ ਸਕਦੇ ਹੋ, ਪਨੀਰ ਕੱਦੂਕਸ ਵੀ ਕਰ ਸਕਦੇ ਹੋ। ਹੁਣ ਇਸ ਦੇ ਉੱਪਰ ਲਗਾਉਂਗੀ ਮੈਂ ਆਪਣੀ ਸਟਫਿੰਗ, ਜੋ ਆਪਾਂ ਆਲੂ ਦੀ ਸਟਫਿੰਗ ਰੈਡੀ ਕੀਤੀ ਹੈ। ਹੱਥਾਂ ਨਾਲ ਇਸ ਨੂੰ ਇਸ ਦੇ ਉੱਪਰ ਸੈੱਟ ਕਰੂੰਗੀ। ਸਟਫਿੰਗ ਦੇ ਉੱਪਰ ਲਗਾਉਂਗੀ ਮੈਂ ਆਪਣਾ ਚੱਟਾ ਜਿਹਾ ਪਿਆਜ਼ ਵਾਲਾ ਸਲਾਦ। ਹੁਣ ਮੈਂ ਉਪਰਲੀ ਤਰਫ ਤੋਂ ਰੋਟੀ ਨੂੰ ਫੋਲਡ ਕਰੂੰਗੀ ਅਤੇ ਚੰਗੀ ਤਰ੍ਹਾਂ ਪ੍ਰੈਸ ਕਰੂੰਗੀ ਤਾਂ ਕਿ ਸਟਫਿੰਗ ਨਾਲ ਚਿਪਕ ਜਾਵੇ। ਇਸ ਤਰ੍ਹਾਂ ਆਪਣੇ ਦੋ ਸੈਂਡਵਿਚ ਰੈਡੀ ਹੋ ਚੁੱਕੇ। ਹੁਣ ਮੈਂ ਇਹਨਾਂ ਨੂੰ ਸੇਕੂੰਗੀ। ਇੱਕ ਤਵਾ ਮੈਂ ਗਰਮ ਕਰ ਲਿਆ, ਇਸ ਦੇ ਉੱਪਰ ਲਗਾਉਂਗੀ ਮੈਂ ਬਟਰ। ਤੁਸੀਂ ਦੇਸੀ ਘਿਓ ਜਾਂ ਕੋਈ ਵੀ ਕੁਕਿੰਗ ਆਇਲ ਲਗਾ ਸਕਦੇ ਹੋ। ਹੁਣ ਮੈਂ ਆਪਣੇ ਰੋਟੀ ਵਾਲੇ ਸੈਂਡਵਿਚ ਨੂੰ ਤਵੇ ਦੇ ਉੱਪਰ ਰੱਖੂੰਗੀ। ਰੋਟੀ ਸੈਂਡਵਿਚ ਦੇ ਦੋਨੋਂ ਤਰਫ ਘਿਓ ਲਗਾ ਕੇ ਲੋ ਟੂ ਮੀਡੀਅਮ ਫਲੇਮ ਤੇ ਇਹਨਾਂ ਨੂੰ ਉਲਟਾਉਂਦੇ ਪਲਟਾਉਂਦੇ ਮੈਂ ਉਦੋਂ ਤੱਕ ਸੇਕੂੰਗੀ ਜਦੋਂ ਤੱਕ ਇਹ ਕ੍ਰਿਸਪੀ ਜਾਂ ਗੋਲਡਨ ਬਰਾਊਨ ਨਾ ਹੋ ਜਾਣ। ਜਦੋਂ ਇਹ ਸੈਂਡਵਿਚ ਸੇਕ ਕੇ ਕ੍ਰਿਸਪੀ ਹੋਣਗੇ ਤਾਂ ਇਹ ਖਾਣ ਵਿੱਚ ਬਹੁਤ ਸਵਾਦ ਲੱਗਣਗੇ। ਤੁਸੀਂ ਇਹ ਸੈਂਡਵਿਚ ਬੱਚਿਆਂ ਨੂੰ ਟਿਫਨ ਵਿੱਚ ਦੇ ਸਕਦੇ ਹੋ। ਬੱਚਿਆਂ ਦੀਆਂ ਮਨਪਸੰਦ ਸਬਜ਼ੀਆਂ ਦੀ ਸਟਫਿੰਗ ਤੁਸੀਂ ਰੈਡੀ ਕਰ ਸਕਦੇ ਹੋ। ਆਪਣੇ ਚੱਟੇ ਮਜ਼ੇਦਾਰ ਸੈਂਡਵਿਚ ਬਣ ਕੇ ਰੈਡੀ ਹੋ ਗਏ। ਤੁਸੀਂ ਦੇਖੋ ਕਿ ਦੇਖਣ ਵਿੱਚ ਕਿੰਨੇ ਵਧੀਆ ਅਤੇ ਕ੍ਰਿਸਪੀ ਅਤੇ ਮਜ਼ੇਦਾਰ ਲੱਗ ਰਹੇ ਨੇ। ਤੁਸੀਂ ਇਹਨਾਂ ਨੂੰ ਗਰਮ ਗਰਮ ਸਰਵ ਕਰ ਸਕਦੇ ਹੋ। ਇਸ ਤਰ੍ਹਾਂ ਮੈਂ ਚਾਰ ਰੋਟੀ ਦੇ ਸੈਂਡਵਿਚ ਬਣਾ ਕੇ ਰੈਡੀ ਕਰ ਲਏ। ਤੁਸੀਂ ਚਾਹੋ ਤਾਂ ਇਹਨਾਂ ਨੂੰ ਇਸੇ ਤਰ੍ਹਾਂ ਸੌਸ ਜਾਂ ਚਟਨੀ ਨਾਲ ਸਰਵ ਕਰ ਸਕਦੇ ਹੋ ਜਾਂ ਫਿਰ ਕੱਟ ਕੇ ਸਰਵ ਕਰ ਸਕਦੇ ਹੋ। ਕੱਟ ਕੇ ਸਰਵ ਕਰਨ ਨਾਲ ਸੈਂਡਵਿਚ ਨੂੰ ਖਾਣ ਵਿੱਚ ਆਸਾਨੀ